भाई बहुत है ना नुकसान हो गया, तो अग लग गई पंडाल नूं। ਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਯਾਰ। ਉਹ ਕਮੈਂਟ ਕਰਦਾ ਕਰੋ ਵੱਧ ਤੋਂ ਵੱਧ, ਕਮੈਂਟ ਨਾਲ ਨਾ ਬਲੌਗ ਆਪਣਾ ਅੱਗੇ ਆ ਜਾਂਦਾ ਹੁੰਦਾ। ਸੋ ਕਮੈਂਟ ਕਰੋ ਵੱਧ ਤੋਂ ਵੱਧ, ਅਤੇ ਲਾਈਕ ਕਰ ਦਿਓ, ਸ਼ੇਅਰ ਕਰਦਿਆ ਕਰੋ, ਅਤੇ ਦੇਖ ਕੇ ਆਓ ਕਿਵੇਂ ਅਸੀਂ ਪਹੁੰਚੇ, ਕਿਵੇਂ ਲੱਗੀ ਅੱਗ ਸਿੰਘੂ ਬਾਰਡਰ 'ਤੇ। ਤੁਸੀਂ ਇਹਦੇ ਵਿੱਚ ਸਾਰਾ ਆਹ ਬਲੌਗ ਦੇ ਵਿੱਚ ਆਪਾਂ ਪਾਇਆ ਹੋਇਆ। ਸੋ ਕਮੈਂਟ ਜ਼ਰੂਰ ਕਰਦਿਆ ਕਰੋ, ਲਾਈਕ ਕਰਦਿਆ ਕਰੋ, ਸ਼ੇਅਰ ਜ਼ਰੂਰ ਕਰਦਿਆ ਕਰੋ ਯਾਰ। ਤੁਹਾਡੇ ਵਾਸਤੇ ਆਪਾਂ ਵੀਡੀਓ ਬਣਾਉਂਦੇ ਹਾਂ ਜੱਟੋ ਯਾਰ, ਅਤੇ ਆਪਣੇ ਜੱਟਾਂ ਵਾਲੇ ਬਲੌਗ ਨੇ, ਠੀਕ ਆ, ਪੂਰੇ ਫਾਰਮਿੰਗ ਲਾਈਫ ਦੇ ਬਲੌਗ ਹੁੰਦੇ ਆ। ਚਲੋ ਜਾ ਕੇ ਦੇਖ ਕੇ ਆਓ ਪਿੱਛੇ ਦੇ ਵੀ ਕਿਵੇਂ ਪਹੁੰਚੇ ਸੀ। ਆਏ ਰੱਖਣੇ ਸੌਦੇ ਪਿੱਛੇ ਦੇ। हेलो फ्रेंड्स, दीश अंकल जी पहुंचे हुए ने जी, चाय पी लो। ओ तेरा गिलास पिघल जाना सारा गर्म, कत नहीं गल समझता जी। है हो गया काम, पोले हो गए गिलास। ये तो यार इलती आ, ये समझदा नहीं गल नू, तू ओदा ध्यान रखिया कर। इहदे फिंगर जट दी, ए किहदे बयान ने, ए आगे देखी जन्ना की देखिए ना। वो तो जिथे जाना दिल्ली, कहते पानी पत्त आ गए, कहते पानी पत्त टप गए, कथे आ गए कहते मेरे वीर जोर लग्या पया जोर। केसर दा ढाबा की दा ढाबा, केसर दा ढाबा की दा ढाबा आ गया पहले दिन आया सी रात नो बलेरो गड्डी जी पलट गई। लो भाई पहुंच गए धरने ते, सो जिहड़ा पहला वाला धरना है ये 5-10 किलोमीटर इधर आ, गोल्डन हट ढाबा आ गया। आ गोल्डन हट ढाबा आ गया भाई जी, आ देखो ये भाई जी बहुत सही, गोल्डन हट ढाबा इतने तुम कद भी हम दिल्ली जाया करना वा, इन्हों के आके छकया करना ज्यादा बढ़िया आ रहा गोल्डन हट ढाबा। तो पहले ब्लॉग के भी असं आए थे, किसान मजदूर एकता जिंदाबाद है। पहुंच
पहुंच गए जी धरने के बिच अपना उरे तो लंबा 10 किलोमीटर का धरना है अपना जी अपनी डेस्टिनेशन 8 किलोमीटर दिया उरे तो 2 किलोमीटर होर अगे आप पहुंच गए भाई मित्रों ਹੈਗੇ ਬਾਈ ਜੀ ਸਾਂਝੀ ਸੱਥ ਬਜ਼ੁਰਗ ਬੈਠੇ ਨੇ ਮੁੰਡੇ ਆਏ ਹੋਏ ਨੇ ਪੂਰਾ ਮਾਹੌਲ ਬਣਿਆ ਪਿਆ ਸਾਬੀ ਕੰਗ ਨੇ ਚਲੇ ਜਾਣਾ ਕੱਲ ਨੂੰ ਮੈਨੂੰ ਛੱਡ ਕੇ ਕੱਲ ਤੂੰ ਚਲੇ ਜਾਣਾ ਮੈਨੂੰ ਛੱਡ ਕੇ ਇਹਦੇ ਪੇਪਰ ਨੇ ਮੁੰਡੇ ਦੇ ਸ਼ਾਮ ਨੂੰ ਰੌਣਕ ਹੋ ਜਾਂਦੀ ਹੈ ਜੀ ਫੁੱਲ ਗੁਰਜੋਤ ਭਾਅ ਜੀ ਲਏ ਹੈਡਫੋਨ ਹੋਏ ਖਰਾਬ ਧਰਨੇ ਤੇ ਕਿਵੇਂ ਆ ਕਿੰਨੀ ਕਵਾਜ਼ ਆ ਗੁਜ਼ਾਰਾ ਹੋਈ ਜਾਣਾ ਬਸ ਕਿੰਨੇ ਦੇ ਕਹਿੰਦਾ ਕਰਦੇ ਗੂਗਲ ਪੇ ਕਰਦੇ ਨਹੀਂ ਓਕੇ ਗੂਗਲ ਪੇ ਚੱਲਦਾ ਗੂਗਲ ਪੇ ਕਰਦੇ ਹੈ ਚੱਲਦਾ ਲਿਆ ਕਰ ਮੜਾ ਗੂਗਲ ਪੇ ਕਰਦੇ ਬਦਾਣਾ ਤਾਂ ਲਿਆ ਜਾਂ ਫੜ ਲਿਆ ਬੁੱਗੇ ਆ ਗਿਆ ਬਾਬਾ ਜੀ ਹਾਂਜੀ ਬਾਈ ਸ਼ਾਮ ਨੂੰ ਪਾਠ ਹੁੰਦੇ ਨੇ ਬਹੁਤ ਵਧੀਆ ਮਾਹੌਲ ਹੈ ਇੰਨਾ ਦਿਲ ਲੱਗਦਾ ਤੁਸੀਂ ਆਓ ਹੈ ਨਾ ਵੱਧ ਤੋਂ ਵੱਧ ਵੀਰੇ ਇਸ ਟਾਈਮ 7:30-8 ਹੋ ਗਏ ਸੋ ਪੂਰਾ ਐਨ ਮਾਹੌਲ ਬਣਿਆ ਹੋਇਆ ਸਾਰੇ ਕਿਸਾਨ ਵੀਰ ਨਿਹੰਗ ਸਿੰਘ ਐਨ ਪੂਰਾ ਵਿੱਚ ਪ੍ਰੋਟੈਸਟ ਦੇ ਵਿੱਚ ਨੇ ਚਲੋ ਜੀ ਇੰਨਾ ਚੰਗਾ ਤੇ ਕਰ ਲਿਆ ਮੁੰਡੇ ਨੇ ਹੁਣੀ ਲਿਆ ਜੀ ਕਿੰਨੇ ਦਾ 100 ਦਾ ਆ ਕੇ ਇਹ ਨਾ ਕਰ ਕਿਆ ਕਰਿਆ ਤੂੰ ਇਹ ਕਹਿੰਦੇ ਮੇਰੇ ਵੀਰੇ ਮੁੰਡਾ ਆਰਡਰ ਦੇਈ ਜਾਂਦਾ ਕਹਿੰਦੇ ਵੀ ਆਰਡਰ ਦੇਈ ਜਾਂਦਾ ਕਹਿੰਦੇ ਵੀ ਮੁੰਡੇ ਨੇ ਸਪਾਂਸਰ ਕੀਤਾ ਸਾਰਾ ਇਹ ਟੂਰ ਤੇ ਭਾ ਇਹ ਕਹਿੰਦੇ ਵੀ ਅਸੀਂ ਇੱਕ ਦਿਨ ਇਹਨਾਂ ਨੇ ਇੱਕ ਦਿਨ ਰਹਿਣਾ ਸਿਰਫ ਮੈਂ ਰਹਿਣਾ ਉਰੇ ਘੱਟੋ ਘੱਟ 2 ਹਫ਼ਤੇ ਜਾਂ 1 ਹਫ਼ਤਾ ਅਤੇ ਇਹ ਕਹਿੰਦੇ ਵੀ ਅੱਜ ਦਾ ਦਿਨ ਚਲੋ ਹੋਟਲ ਦੇ ਇਹ ਨਹੀਂ ਫਿਰ ਮੁੰਡਾ ਦੱਬਦਾ ਹੈਗਾ ਜੀ ਕਿਆ ਫਿਰ ਤਾਂ ਨਹੀਂ ਦੱਬਦਾ ਤੂੰ ਅੱਜ ਵੀਰੇ ਮੁੰਡਾ ਖਿਲਾ ਰਿਹਾ ਕਹਿੰਦੇ ਵੀ ਅੱਜ ਦਾ ਦਿਨ ਕਹਿੰਦੇ ਅਸੀਂ ਹੋਟਲ 'ਚ ਖਾਣੇ ਕਹਿੰਦੇ ਇੱਕ ਦਿਨ ਤਾਂ ਰਹਿਣਾ ਕਹਿੰਦੇ ਮੈਂ ਭਾਈ ਜਿਵੇਂ ਤੁਹਾਨੂੰ ਤੁਹਾਡੀ ਰੂਹ ਕਰਦੀ ਹੈ ਭਾਈ ਉਵੇਂ ਕਰ ਲਓ ਠੀਕ ਨਹੀਂ ਅੱਛਾ ਫਿਰ ਹੁਣ ਕੀ ਖਿਲਾਉਣਾ ਮੈਨੂੰ ਦੱਸ ਦਿਓ ਮਾੜਾ ਇੱਕ ਹੋਰ ਮੈਨੂੰ ਜੋ ਬਸ ਕਹਿਤਾ ਉਹੀ ਕੀ ਖਾਣਾ ਦੱਸੋ ਜੋ ਤੁਸੀਂ ਕਹਿਤਾ ਸ਼ਾਹੀ ਪਨੀਰ ਨਾਲ ਨੂੰ ਰੋਟੀਆਂ ਕਹਿੰਦੇ ਨਾਲ ਨੂੰ ਬੱਤਾ ਵੀ ਆਉਣਾ ਕਹਿੰਦੇ ਵੀ ਬੱਤਾ ਆਉਣਾ ਕਹਿੰਦੇ ਵੀ ਮੁੰਡਿਆਂ ਨੇ ਰੋਟੀ ਆਰਡਰ ਕਰਤੀ ਕਹਿੰਦੇ ਲੰਗਰ ਛੱਡ ਕੇ ਆਏ ਨੇ ਮੁੰਡੇ ਆਹ ਮੁੰਡਾ ਨਾ ਕਹਿੰਦੇ 9ਵੀਂ ਪਾਸ ਹੋ ਕੇ 10ਵੀਂ 'ਚ ਪੁੱਜਿਆ ਕਹਿੰਦੇ 10ਵੀਂ 'ਚ ਪੁੱਜਿਆ ਕਹਿੰਦਾ ਖੁਸ਼ੀ ਉਹ ਬਹੁਤ ਆ ਕਹਿੰਦਾ ਰੋਟੀ ਲੰਗਰ 'ਚ ਨਹੀਂ ਰੋਟੀ ਤੁਹਾਨੂੰ ਸ਼ਾਹੀ ਪਨੀਰ ਨਾਲ ਖਿਲਾਉਣੀ ਹੈ ਬਹੁਤ ਸਾਰਾ ਮਾਣ ਬਹੁਤ ਸਾਰਾ ਪਿਆਰ ਕਹਿੰਦੇ ਹੋਟਲ ਦੇ ਵਿੱਚ ਪੁੱਜੇ ਹਾਂ ਮੱਖਣ ਭੋਗ ਯਾਰਾਂ ਦਾ ਯਾਰ ਆਇਆ ਕਹਿੰਦਾ ਵੀ ਬੜੀ ਸੇਵਾ ਹੋ ਰਹੀ ਹੈ ਵੀ ਬੜੀ ਸੇਵਾ ਹੋ ਰਹੀ ਹੈ
ਭਾਈ ਦਮ ਟੁੱਟ ਗਿਆ ਸਾਡਾ ਤਾਂ ਹੁਣ ਤੁਸੀਂ ਨੱਚੋ ਭਾਈ ਦੇਖੋ ਕਿੰਨਾ ਰੰਗ ਬੰਨਿਆ ਬੀਬੀਆਂ ਨੇ ਕਹਿੰਦਾ ਤੇਰੇ ਜੁੱਤੀਆਂ ਦਾ ਪਾਵਾਂਗੇ ਹਾਰ ਮੋਦੀ ਆ ਹਾਂਜੀ ਬਾਈ ਵਲੌਗ ਬਹੁਤ ਲੰਬਾ ਹੋ ਗਿਆ ਸੀ ਸੋ ਇਸ ਕਰਕੇ ਇਹਦੇ ਦੋ ਪਾਰਟ ਆਉਣਗੇ ਇੱਕ ਪਾਰਟ ਕੱਲ ਨੂੰ ਆਊਗਾ ਤੇ ਇੱਕ ਪਾਰਟ ਆਹ ਆਊਗਾ ਤੇ ਅਗਲੇ ਪਾਰਟ ਦੇ ਵਿੱਚ ਦੱਸਾਂਗੇ ਵੀ ਅੱਗ ਕਿਵੇਂ ਲੱਗੀ ਕਿੱਥੇ ਲੱਗੀ ਤੇ ਆਪਾਂ ਅਗਲੇ ਪਾਰਟ ਨਾਲ ਜ਼ਰੂਰ ਜੁੜਿਓ ਤੇ ਅਗਲਾ ਪਾਰਟ ਜ਼ਰੂਰ ਦੇਖਿਓ ਵੀਰੇ ਉਹਦੇ ਵਿੱਚ ਆਪ ਸਾਰਾ ਕੁਝ ਛਬੀਲ ਵੀ ਉਹਦੇ ਵਿੱਚ ਆ ਸਾਰਾ ਅੱਗ ਵਾਲਾ ਵੀ ਉਹਦੇ ਵਿੱਚ ਆ ਸੋ ਸਾਰੇ ਜਣੇ ਜ਼ਰੂਰ ਮੇਰੇ ਵੀਰੇ ਉਹ ਪਾਰਟ ਦੇਖੋ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣਾ ਕਿਸਾਨ ਮਜ਼ਦੂਰ ਏਕਤਾ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੀ ਦੁਨੀਆ ਨੂੰ ਪਤਾ ਲੱਗੇ ਆਪਣੇ ਮੋਰਚੇ ਬਾਰੇ ਸੋ ਥੈਂਕ ਯੂ ਵੀਰੇ ਅਗਲਾ ਬਲੌਗ ਜ਼ਰੂਰ ਦੇਖਿਓ ਅਗਲਾ ਪਾਰਟ ਦੇ ਦੋ ਪਾਰਟ ਆਉਣੇ ਨੇ ਠੀਕ ਆ ਬਾਈ ਜੀ।